ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਇਸ ਬਲੌਗ ਦੇ ਵਿੱਚ। ਅੱਜ ਅਸੀਂ ਜਾ ਰਹੇ ਹਾਂ ਫਿਲਮ ਦੇਖਣ, ਥੋੜ੍ਹੇ ਲੇਟ ਹੋ ਗਏ ਇਸ ਕਰਕੇ ਥੋੜ੍ਹੇ ਕਾਲੀ ਕਾਲੀ ਸ਼ੋਟ ਲੈ ਰਹੇ ਹਾਂ। ਉੱਧਰ ਮੁੰਡੇ ਲੰਘ ਜਾਂਦੇ ਬਾਈ, ਮਿਲਦੇ ਆ ਸਿਨੇਮੇ ਜਾ ਕੇ। ਹਾਂ ਸਿਨੇਮੇ ਚ ਨਾ ਸਾਡੇ ਪਾ ਲੈਵਲ ਆਫ ਜੀ ਨੇ ਤੇ ਨਾਲ ਲੋਹਾ ਨਹੀਂ ਰਹੇ ਲੋਹਾ। ਇੱਧਰ ਸਾਡੇ ਸ਼ਸ਼ੀ ਭੂਸ਼ਣ, ਸ਼ਸ਼ੀ ਭੂਸ਼ਣ ਜੀ ਚੈੱਕ ਕਰੋ, ਠੇੜ ਚੈੱਕ ਕਰੋ, ਠੇੜ ਚੈੱਕ। ਉਹ ਟੀ-ਸ਼ਰਟ ਹੋ ਆਈ ਉਹ ਆ ਦਿਖਾ ਮੇਰੇ ਇੱਧਰ। ਅੱਜ ਤੀਜੀ ਵਾਰ ਫਿਲਮ ਦੇਖਣ ਤੇ ਦੇਖੋ, ਤੀਜੀ ਵਾਰ ਸੇਮ ਟੀ-ਸ਼ਰਟ ਚੈੱਕ ਕਰੋ, ਕਾਲਾ ਕਰਕੇ ਫਿੱਟ ਆ ਬਈ ਮੁੰਡਾ। ਲਓ ਜੀ ਹੁਣ ਅਸੀਂ ਲਿਫਟ ਨਿਕਲ ਚੱਕੇ ਆ ਬਾਹਰ। ਬਹੁਤ ਲੇਟ ਹੋ ਚੁੱਕੇ ਆ ਕਿਉਂਕਿ ਸਾਰੀ ਰਾਤ ਕੰਮ ਨਹੀਂ ਗੱਲਾਂ ਕੀਤੀਆਂ ਤੇ ਹੁਣ ਥੋੜ੍ਹਾ ਜਿਹਾ ਇਹਨਾਂ ਨੇ ਪਹਿਲਾਂ ਹੀ ਸ਼ੋਅ ਬੁੱਕ ਕਰ ਲਿਆ ਸੀ ਕਿਉਂਕਿ ਆ ਗਏ ਅਸੀਂ ਕਰਨੀ ਅੱਜ। ਐਡੀਟਿੰਗ ਵਾਲਾ ਕੰਮ ਪੈਂਡਿੰਗ ਆ, ਕਾਫੀ ਦਿਨ ਹੋ ਗਏ। ਪਾ ਲੈਵਲ ਆਫ ਸੀ ਤੁਸੀਂ ਦੇਖ ਸਕਦੇ ਹੋ ਕਿੱਦਾਂ ਗੱਡੀ ਵੱਲ ਭੱਜ ਰਹੇ ਨੇ। ਇਹਨੇ ਸਪੀਡ ਚੈੱਕ ਕਰ ਸਕਦੇ ਹੋ ਤੁਸੀਂ, ਦੇਖੋ ਕਿ ਮੈਂ ਕੀ ਸਾਲੇ ਬਗਾਏ ਪੇ ਬੂਟ ਦੂਏ ਲੈ। ਓਏ ਹੋਏ ਸਪੀਡ ਚੈੱਕ ਕਰ। ਓਏ ਹੋਏ ਪਾ ਲੈਵਲ ਆਫ ਸੀ ਹੁਣ ਛੇਤੀ। ਉਹ ਛੇਤੀ ਕਰ ਯਾਰ, ਉਸਤਾਦਾਂ ਨਾਲ ਹੀ ਪੰਗੇ ਲਈਦੇ ਤੁਸੀਂ ਅਸੀਂ। ਤੇਰਾ ਹਰੇ ਵਾਰ ਆਹੀ ਕੰਮ ਆ, ਤੁਹਾਡੇ ਇਹੀ ਕੰਮ ਹੈ। ਹਾਂ ਦੇਖੋ ਇਹਨੇ ਹਰ ਵਾਰ ਇਹੀ ਕਿੰਨੀ ਟੋਰ ਕੱਢੀ ਹੋਈ। ਮਾੜਾ ਕੈਮਰਾ ਸਾਫ਼ ਕਰ ਲਈਓ ਬਾਈ, ਗੰਦਾ ਹੋ ਗਿਆ ਤਾਂ। ਲਓ ਜੀ ਲਓ, ਗਲਤ ਕਰਦੀ ਗੱਲ ਨਿਕਲ ਚੁੱਕੇ ਆ ਪੂਰੇ ਅਪਾਰਟਮੈਂਟ ਤੋਂ ਬਾਹਰ। ਕਹਿੰਦੇ ਸਿਕਿਉਰਿਟੀ ਗਾਰਡ ਬਾਈ ਨੰਬਰ ਨੋਟ ਕਰਦਾ ਹੋਇਆ ਬਾਈ, ਹਾਂਜੀ ਕਰ ਲੈ ਅਸੀਂ ਮੁੜ ਕੇ ਨਹੀਂ ਜਾਣਾ। ਉਹ ਦੇਖੋ ਠੰਡ ਬਹੁਤ ਹੋ ਗਈ, ਲੋਈਆਂ ਲੈਣ ਲੱਗ ਗਏ ਇੱਥੇ। ਤੁਸੀਂ ਦੇਖ ਸਕਦੇ ਹੋ ਬੰਦੇ ਲੋਈਆਂ ਲੈਣ ਲੱਗ ਗਏ ਇੱਥੇ। ਫਿਰ ਤੁਸੀਂ ਕਹਿੰਦਾ ਝੂਠ ਬੋਲਦੇ, ਤੁਹਾਨੂੰ ਦਿਖਾਈ ਦਈਏ ਬਾਈ। ਇੱਕ ਤਾਂ ਦੇਖੋ ਪਿਆਰੇ, ਉਹ ਲੇਟ ਹੋਏ ਹੋਏ ਨੇ ਉਹ ਤੋਂ ਬਾਅਦ ਇਹਨੇ ਆਪਣੀ ਚੋੜ ਵਾਲੀ ਕਹਿੰਦਾ ਮੈਂ ਰਸਤਾ ਪਤਾ ਏ। ਇਹ ਵੀ ਭੈਣ ਗੂਗਲ ਮੈਪ ਨੂੰ ਫੁੱਦੂ ਸਮਝੀ ਬੈਠਾ ਤਾ। ਗੂਗਲ ਮੈਪ ਆਏ ਹੁਣ ਪਤਾ ਨੀ ਕਿੱਦਾਂ ਲੜਾਈ ਫਿਰਦਾ ਹੈ। ਉਹ ਕੁਝ ਨੀ, 15 ਮਿੰਟ ਦੀ ਜਨ ਗਨ ਮਨ ਵੀ ਹੁੰਦੀ ਫਿਰ ਉਹ ਵਾਲਾ ਨੈਸ਼ਨਲ ਐਂਥਮ। ਦੇਖੋ ਜੀ ਪੂਰੀ ਜਿਹੜਾ ਚੌਂਕ ਗਲਤ ਆਇਆ ਉਹੀ ਚੌਂਕ ਨੂੰ ਮਿਲਾ ਲੈਣਾ ਸਾਨੂੰ। ਹਾਏ ਹਾਏ ਰੇਡੀ ਆ ਫਿਰ ਮੂਵੀ ਵਾਸਤੇ ਅੱਜ। ਹਾਂਜੀ ਤੇ ਪਹਿਲੀ ਵਾਰ ਦੇਖਣ ਨੂੰ ਜੀ ਫਿਲਮ ਨਹੀਂ ਆ, ਅਰਦਾਸ ਕਰਾਂ ਪਹਿਲਾਂ ਦੇਖੀ ਤਾਂ ਨਹੀਂ। ਅਰਦਾਸ ਸਰਬੱਤ ਦੇ ਭੱਲੇ ਦੀ ਇਹਦਾ ਨਾਮ ਨਾਲੇ ਦੇਖੀ ਨੀ ਪਹਿਲਾਂ, ਹੁਣ ਥਾਈ ਆ ਥੋੜੇ ਦਿਨ ਪਹਿਲਾਂ ਲੈ ਕੇ ਦੇਖ ਲਿਆ ਸਾਡੇ ਕੋਲ ਸੀ ਤੂੰ। ਨਹੀਂ ਮੈਂ ਸੁਪਨੇ ਚ ਦੇਖੀ ਸੀ, ਉਹ ਤਾਂ ਕੁਛ ਹੋਰ ਸੀ। ਸਤਿ ਸ੍ਰੀ ਅਕਾਲ ਜੀ, ਲੋ ਜੀ ਪਾਰ ਦਵਾਈਆਂ ਲੱਗੇ ਖਾਣ। ਖਾਂਦਾ ਹੀ ਨੀ ਤੂੰ, ਉਹ ਕਿੰਨੀਆਂ ਗੋਲੀਆਂ ਖਾਣੀਆਂ, ਇਹ ਗੋਲੀਆਂ ਖਾਂਦਾ ਇਹ ਭੈਣ ਜੀ। ਇਹਦੀ ਅਕਾਊਂਟ ਡਿਟੇਲ ਚੈੱਕ ਕਰੋ, ਲੈ ਜੀ ਦੇਖ ਲੈ ਕਿੰਨੀਆਂ ਖਾ ਰਿਹਾ। ਚਾਰ ਸਵੇਰੇ, ਚਾਰ ਦੁਪਹਿਰੇ, ਚਾਰ ਸ਼ਾਮ ਨੂੰ।
ਬਾਈ ਉਹੀ ਨੀ ਡੋਲਾ ਬਣਦਾ, ਇਹਦੇ ਬਾਅਦ ਬਹੁਤ ਖੁਰਾਕਾਂ ਖਾਣੀਆਂ ਪੈਂਦੀਆਂ ਇਹਨੂੰ, ਖੁਰਾਕਾਂ ਮਤਲਬ ਕੋਈ ਗੋਲੀਆਂ ਦੂਜੀ ਖੁਰਾਕਾਂ ਨੂੰ ਸਮਝ ਲਿਓ, ਦੂਜੀ ਖੁਰਾਕ ਤਾਂ ਮਿਲਦੀ ਹੈ ਨੀ, ਇਹਨਾਂ ਨਾਲ ਸਰੀਰ ਬਣਾਉਣਾ ਪੈਂਦਾ ਬਾਈ ਉਹ ਨਿਆਣਾ ਦੇਖੋ ਵਾਰ ਆ ਜੀ ਲਓ ਜੀ ਪਾਣੀ ਦੇ ਘੁੱਟ ਭਰੇ ਦੋ ਤੇ ਗੱਡੀ ਲਈ ਆ ਕਹਿੰਦੇ ਗੱਭਰੂ ਨੇ ਇੱਕ ਮਿੰਟ ਰਹਿ ਗਿਆ ਲੇਟ ਹੋ ਗਈ ਐਵੇਂ ਗੇਅਰ ਪਿਆ ਵਾ ਗੱਡੀ ਕਿਵੇਂ ਰੁੜ ਜੂਗੀ ਤੇ ਬੈਕ ਚ ਫਰੰਟ ਗਿਆ ਉਹਦੇ ਲੜਨਾ ਭੈਣ ਤੇ ਟਿਕਟ ਗੱਲ ਸੁਣੋ ਉਸਦੀ ਦੂਰ ਖੜਾਈ ਨਹੀਂ ਮੇਰੇ ਘਰੇ ਹੈਂਡ ਬ੍ਰੇਕ ਲਾ ਕੇ ਉਹ ਭਾਜੀ ਗੱਡੀ ਚੱਲਦੀ ਦੀ ਗੇਅਰ ਚ ਨਹੀਂ ਸੀ ਮੈਡਮ ਜੀ ਮਾੜਾ ਝਿੜਕੋ ਇਹਨਾਂ ਨੂੰ ਲੜੀ ਜਾਂਦਾ ਝਿੜਕ ਦਿਓ ਮਾੜਾ ਜਿਹਾ ਲੋਜਿਕ ਨੀ ਪਤਾ ਤੈਨੂੰ ਹਲਿਆ ਭਾਜੀ ਤੈਨੂੰ ਪਤਾ ਗੱਡੀਆਂ ਹੋਣ ਤੱਕ ਉਹ ਇੰਨਾ ਗੱਪੀ ਇਨਸਾਨ ਕਹਿੰਦੇ ਤੂੰ ਦੱਸ ਹਰੇਕ ਗੱਲ ਤੇਰੀ ਹੁੰਦੀ ਆ ਵੜਦੇ ਇੱਧਰ ਨੂੰ ਇਹ ਮਿਹਨਤ ਜੀ ਗੱਲ ਕਹਿ ਲੇਟ ਆ ਲੇਟ ਆ ਚਾਲ ਫਕੀਰਾਂ ਵਾਲੀ ਹਨੇਰੇ ਚ ਕਿੱਥੇ ਵੜ ਗਿਆ ਤੂੰ ਥੈਂਕ ਯੂ ਜੀ ਦੇਖੀ ਅੱਗੇ ਜਦੋਂ ਪੈਸਾ ਲਾਇਆ ਬੰਦਾ ਮਸ਼ਹੂਰੀਆਂ ਮੇਰੇ ਧਿਆਨ ਨਾਲ ਦੇਖੀ ਜਾਂਦੀਆਂ ਨਾ ਐਡਾਂ ਵੀ ਹਨ ਦੇਖਦੇ ਵੀ ਹਾਂ ਬੜੇ ਪੜਦੇ ਪਰ ਐਡ ਦੇਖ ਰਹੀ ਆ ਕਦੇ ਉਦਾਂ ਐਡ ਦੇਖੀ ਆ ਲੈ ਆਹ ਡੋਲੇ ਦਿਖਾਈ ਜਾਊਂਗਾ ਪਾ ਲਿਆ ਨਾਨੇ ਨਾਲ ਆਇਆ ਵਾ ਨਾਨਾ ਬੈਠਾ ਪਾਲ ਦਾ ਪਰੇ ਸਤਿ ਜੀ ਨਾਨੀ ਵੀ ਆਈ ਹੈ ਦੋ ਲੀਟਰ ਪਾਣੀ ਪੀਣਾ ਤੇ ਬਾਈ ਦੇਖ ਯਾਰ ਇਹਦਾ ਕਿਆ ਸਿਸਟਮ ਹੈ ਯਾਰ ਬੁਰਾ ਹਾਲ ਬਾਈ ਵੀ ਕਹਿੰਦਾ ਉਹ ਹੋਰ ਵੀ ਖੜੇ ਬੰਦੇ ਪਿੱਛੇ ਉਹ ਮਿਲਿਆ ਨੀ ਸੀ ਅਸਰ
ਭੁੱਖ ਲੱਗੀ ਸੱਚ ਸੱਚ ਸੀ ਹੈਂ ਡਰਿਆ ਵਾ ਕਦੇ ਇੰਨਾ ਯਾਰ ਲਓ ਜੀ ਕਹਿੰਦੇ ਆਰਡਰ ਕਰ ਦਿੱਤਾ ਇਹ ਪਾ ਲਿਆ ਵਾ ਲਾਸਟ ਜੀ ਨਾਲ ਗਏ ਸੀ ਟੀਮ ਪੂਰੀ ਕੌਫੀ ਨੂੰ ਬੜੀ ਹੋਈ ਹੈ ਇਸ ਤੋਂ ਬਾਅਦ ਮੈਡਮ ਨੇ ਬਹੁਤ ਹੈਲਪ ਕਰੀ ਸਾਡੀ ਵਾਲੇ ਮਜ਼ਾਕ ਨੀ ਮੈਡਮ ਚੰਗੀ ਪੀ ਆ ਗਮ ਲੈ ਕੇ ਬੈਠਾ ਮਿਲੋ ਜੀ ਮਿਲੋ ਗਰੀਬਾਂ ਦਾ ਗੁਲਾਬ ਢਿੱਲੋਂ ਆਪੇ ਬਣਾ ਲੈਣੇ ਟਾਈਮ ਲੱਗ ਰਿਹਾ ਲੈਟ ਚੱਲ ਗਈ ਬਾਈ ਸ਼ਗਨ ਦਿੰਦੇ ਚੱਲ ਤੁਹਾਡਾ ਆਈ ਕੰਮ ਹਰੇਕ ਵਾਰ ਬਾਈ ਉਹ ਹੁਣ ਤੁਸੀਂ ਨੈ ਤਾਰ ਬਣ ਗਏ ਜਿਮ ਕਰਕੇ ਕਹਿੰਦੇ ਬਾਹਰ ਦਾ ਬੰਦ ਕਰਿਆ ਪਰ ਫਿਰ ਵੀ ਕੋਲਡ ਕੌਫੀ ਵਗੈਰਾ ਚੱਕ ਲਈ ਦੀ ਹੈ ਕਦੇ ਕਦੇ ਮਨ ਪਰਚਾਵੇ ਜੇ ਵਾਸਤੇ ਆ ਇਹ ਪਰ ਤੁਸੀਂ ਗਲਤ ਨਹੀਂ ਖਾਣਾ ਬਾਹਰ ਦਾ ਕਿਸੇ ਨੇ ਵੀ ਠੀਕ ਹੈ ਸਮਝ ਗਏ ਓਕੇ 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 ਦੇਖ ਲਓ ਭਾਜੀ ਇਹਨਾਂ ਦੇ ਹਾਲ ਦੇਖ ਲਓ ਰਹਿਣਾ ਸਹਿਣਾ ਨਹੀਂ ਆਉਂਦਾ ਇਹਨਾਂ ਨੂੰ ਚਲੋ ਚਲੋ ਇਹਨਾਂ ਨੇ ਕੱਢਣਾ ਜਦੇ ਜਾਊਂਗੇ ਕਿ ਆਪਣੀ ਮਰਜ਼ੀ ਨਾਲ ਜਾਣਾ ਇਹ ਦੱਸੋ ਪਹਿਲਾਂ ਮੈਨੂੰ ਸ਼ਸ਼ੀ ਨੇ ਲਏ ਚਾਰ ਕੱਛੇ ਰੈਪਰ ਨੇ ਲਏ ਭਾਜੀ ਰੋ ਪਿੱਟ ਕੇ ਮਜ਼ੀਓ ਦੋ ਇੱਕ ਆਹ ਅੱਧ ਨੰਗੇ ਵਾਲੀ ਲਈ ਆ ਇੱਕ ਚਿੱਟੀ ਪਾਈ ਵੀ ਦੇਖੋ ਗੱਡੀਆਂ ਦਾ ਕਿੰਨਾ ਸ਼ੌਂਕ ਆ ਮੁੰਡਾ ਵਿੰਟੇਜ ਲੁੱਕ ਰੱਖੇ ਵੈਰੀ ਬੁੱਕ ਬੁੱਕ ਰੱਖੇ ਮੁੰਡਾ ਨੀਰੀ ਅੱਗ ਗੋਰੀ ਹੈ ਠੀਕ ਹੈ ਲਿੱਤੀ ਸ਼ਸ਼ੀ ਨੇ ਲੈ ਲਈ ਇਹ ਬਿੱਲ ਕਰਾ ਹੀ ਉਹਨੇ ਤੈਨੂੰ ਪਾੜ ਦੂੰਗਾ ਮੈਂ ਕਿੰਨੀ ਫੁਕਰੀ ਵੱਧ ਗਈ ਇਹਦੀ ਬੈਗ ਚੱਲੇ ਕੇ ਨਾ ਕਿੰਨੀ ਜ਼ਿਆਦਾ ਫੁਕਰੀ ਵੱਧ ਗਈ ਇਨਸਾਨ ਦੀ ਇੱਕ ਬੈਗ ਜਿਹਾ ਚੱਕਿਆ ਹੋਏ ਹੋਏ ਕਿੰਨਾ ਫੁਕਰਾ ਹੋ ਗਿਆ ਨਾਲ ਛੇ ਬੰਦੇ ਲੈ ਆਇਆ ਇਹ ਦੋ ਟੀ ਸ਼ਰਟਾਂ ਨਹੀਂ ਲਈਆਂ ਸਮਾਨ ਜ਼ਿਆਦਾ ਅਸੀਂ ਹੋ ਸੀ ਸਲੀਪਰ ਲੈ ਲਾ ਲਓ ਵੀ ਪਿਆਰਿਓ ਫਿਲਮ ਅਸੀਂ ਦੇਖ ਲਈ ਆ ਥੋੜ੍ਹੀ ਬਹੁਤੀ ਸ਼ੋਪਿੰਗ ਸ਼ੂਪਿੰਗ ਵੀ ਕਰ ਲਈ ਉੱਥੇ ਜਾ ਕੇ
ਤੇ ਰਿਚ ਕਿਡਸ ਰੈਪਰ ਸਿੰਘ ਚਲੋ ਜੋ ਵੀ ਆ ਤੇ ਮੇਨ ਜਿਹੜੀ ਗੱਲ ਕਿੰਨੀ ਮੁਕਰੀ ਕਰਦਾ ਨਾ ਗੱਲ ਸੁਣ ਕਿੰਨੀ ਮੁਕਰੀ ਹੋਰ ਗੱਲ ਕਰਨੀ ਵੀਰ ਮੇਨ ਜਿਹੜੀ ਗੱਲ ਆ ਦੋਸਤੋ ਦੋਸਤੋ ਜਿਹੜੀ ਮੇਨ ਗੱਲ ਆ ਨਾ ਉਹ ਹੈਗੀ ਫਿਲਮ ਦੀ ਹਾਂ ਉਹ ਹੈਗੀ ਫਿਲਮ ਦੀ ਬਾਈ ਜੀ ਫਿਲਮ ਬਾਂਬਾ ਪੂਰੀ ਸਿਰਾ ਏ ਅਰਦਾਸ ਸਰਬੱਤ ਦੇ ਭੱਲੇ ਦੀ ਫਿਲਮ ਜਿਹੜੀ ਲੱਗੀ ਹੋਈ ਗਿੱਪੀ ਦੀ ਉਹ ਬੜੀ ਘੈਂਟ ਫਿਲਮ ਆ ਸਾਰਿਆਂ ਨੇ ਆਪਣੀਆਂ ਫੈਮਿਲੀਆਂ ਦੇ ਨਾਲ ਦੇਖਿਓ ਆਪਣੇ ਘਰਦਿਆਂ ਨਾਲ ਦੇਖਿਓ ਯਾਰਾਂ ਦੋਸਤਾਂ ਨਾਲ ਵੀ ਸਾਰੇ ਜਣੇ ਦੇਖ ਸਕਦੇ ਜਾਣੀ ਕਿ ਬਜ਼ੁਰਗ ਤੋਂ ਲੈ ਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਹ ਫਿਲਮ ਬੜੀ ਘੈਂਟ ਆ ਦੇਖਣੇ ਉਹ ਫਿਲਮ ਆ ਮੈਂ ਕਹਿੰਦਾ 5-6 ਵਾਰ ਤਾਂ ਅੱਖਾਂ 'ਚੋਂ ਤੁਹਾਡੇ 'ਚੋਂ ਪਾਣੀ ਆ ਜਾਣਾ ਫਿਲਮ ਦੇਖਦੇ ਜੇ ਤੁਹਾਡੇ ਇਮੋਸ਼ਨ ਹੈਗੇ ਆ ਤਾਂ ਜ਼ਰੂਰ ਤੁਹਾਡੀ ਅੱਖਾਂ 'ਚੋਂ ਪਾਣੀ ਆਊਗਾ 5-6 ਵਾਰ ਬੜੀ ਘੈਂਟ ਫਿਲਮ ਆ ਸਾਰੇ ਜਣੇ ਜ਼ਰੂਰ ਦੇਖਿਓ ਅਤੇ ਦੇਖ ਕੇ ਆ ਕੇ ਜਿਹਨੇ ਸਾਡਾ ਵੀਲੌਗ ਦੇਖ ਕੇ ਮੂਵੀ ਦੇਖੀ ਉਹ ਜ਼ਰੂਰ ਰਿਵਿਊ ਦਿਓ ਨੀਚੇ ਕਿ ਹਾਂ ਸਾਨੂੰ ਫਿਲਮ ਵਧੀਆ ਲੱਗੀ ਠੀਕ ਹੈ ਜੀ ਬਾਕੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਸਾਰੀ ਐਵਰਲਾਸਟ ਟੀਮ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਵਲੌਗਾਂ ਨੂੰ ਪਿਆਰ ਕਰ ਰਹੇ ਦੇਖ ਰਹੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ।